ਅੱਜ ਪਾਰਾ ਥੋੜਾ ਜਿਹਾ ਗਰਮ ਹੈ ਮਾਫ ਕਰਿਓ ਸਕੇ ਪਿਓ ਦਾ ਨਹੀਂ ਹੋਊਗਾ ਬੇੜਾ ਹੋਊਗਾ ਹਰਾਮ ਦਾ ਹੋਊਗਾ ਅੱਜ ਜਿਹੜਾ ਖੜੂ ਨਹੀਂ ਕਿਸਾਨ ਨਾਲ ਹਰਾਮ ਦਾ ਹੋਊਗਾ ਅੱਜ ਜਿਹੜਾ ਖੜੂ ਨਹੀਂ ਕਿਸਾਨ ਨਾਲ ਭਾਵੇਂ ਕੈਪਟਨ ਨਾਲ ਹੈ ਕੋਈ ਭਾਵੇਂ ਬਾਦਲ ਨਾਲ ਹੈ ਭਾਵੇਂ ਭਗਵੰਤ ਮਾਨ ਨਾਲ ਪਰ ਹੋਰ ਦਾ ਹੋਊਗਾ ਅੱਜ ਜੇ ਖੜੂ ਨਹੀਂ ਕਿਸਾਨ ਨਾਲ ਹਰਾਮ ਦਾ ਹੋਊਗਾ ਅੱਜ ਜੇ ਖੜੂ ਨਹੀਂ ਕਿਸਾਨ ਨਾਲ ਰੋਟੀ ਖਾ ਕੇ ਜਿਹੜਾ ਖੜਦਾ ਨਹੀਂ ਰੋਟੀ ਦੇਣ ਵਾਲੇ ਨਾਲ ਰੋਟੀ ਖਾ ਕੇ ਜਿਹੜਾ ਖੜਦਾ ਨਹੀਂ ਰੋਟੀ ਦੇਣ ਵਾਲੇ ਨਾਲ ਟੱਟੂ ਦੀ ਲਿਹਾਜ਼ ਨਹੀਂ ਸਾਡੀ ਉਸ ਵਾਲੇ ਨਾਲ ਟੱਟੂ ਦੀ ਲਿਹਾਜ਼ ਨਹੀਂ ਸਾਡੀ ਉਸ ਵਾਲੇ ਨਾਲ ਅੱਗੇ ਤੁਹਾਡੀ ਮਰਜ਼ੀ ਆ ਸੁਣ ਲੋ ਧਿਆਨ ਨਾਲ ਕਿਸੇ ਹੋਰ ਦਾ ਹੋਊਗਾ ਹਰਾਮ ਦਾ ਹੋਊਗਾ ਬੇੜੜਾ ਹੋਊਗਾ ਜਿਹੜਾ ਅੱਜ ਖੜੂ ਨਹੀਂ ਕਿਸਾਨ ਨਾਲ ਭਾਵੇਂ ਕੈਪਟਨ ਨਾਲ ਐ ਬਾਦਲ ਨਾਲ ਐ ਭਾਵੇਂ ਭਗਵੰਤ ਮਾਨ ਨਾਲ ਪਰ ਹਰਾਮ ਦਾ ਹੋਊਗਾ ਜਿਹੜਾ ਅੱਜ ਖੜੂ ਨਹੀਂ ਕਿਸਾਨ ਨਾਲ ਭਾਵੇਂ ਮੇਰੇ ਵਰਗਾ ਗੀਤਕਾਰ ਹੈ ਕਲਾਕਾਰ ਹੈ ਅਦਾਕਾਰ ਹੈ ਭਾਵੇਂ ਕੋਈ ਵੱਡਾ ਸਟਾਰ ਹੋਊਗਾ ਜੇ ਚੌਧਰਪਣਾ ਭਾਲੂਗਾ ਨਾ ਤਾਂ ਸਾਡੀ ਲਿਟਚੋਂ ਬਾਹਰ ਹੋਊਗਾ ਭਾਵੇਂ ਮੇਰੇ ਵਰਗਾ ਗੀਤਕਾਰ ਕਲਾਕਾਰ ਅਦਾਕਾਰ ਆਪਣੇ ਘਰੇ ਵੱਡਾ ਸਟਾਰ ਹੋਊਗਾ ਜੇ ਚੌਧਰਪਣਾ ਭਾਲੂਗਾ ਤਾਂ ਸਾਡੀ ਲਿਟਚੋਂ ਬਾਹਰ ਹੋਊਗਾ ਤੇ ਉਹ ਸਾਡੇ ਖੇਤਾਂ ਦਾ ਸਭ ਤੋਂ ਵੱਡਾ ਗਦਾਰ ਹੋਊਗਾ ਫੈਸਲਾ ਕਰ ਲਿਓ ਆਪਣੇ ਆਪਣੇ ਇਮਾਨ ਨਾਲ ਕਿਸੇ ਹੋਰ ਦਾ ਹੋਊਗਾ ਜਿਹੜਾ ਅੱਜ ਖੜੂ ਨਹੀਂ ਕਿਸਾਨ ਨਾਲ ਹਰਾਮ ਦਾ ਹੋਊਗਾ ਜਿਹੜਾ ਅੱਜ ਖੜੂ ਨਹੀਂ ਕਿਸਾਨ ਨਾਲ ਭਾਵੇਂ ਕੈਪਟਨ ਨਾਲ ਐ ਬਾਦਲ ਨਾਲ ਐ ਭਾਵੇਂ ਭਗਵੰਤ ਮਾਣ ਨਾਲ ਹਰਾਮ ਦਾ ਹੋਊਗਾ ਜਿਹੜਾ ਅੱਜ ਖੜੂ ਨਹੀਂ ਕਿਸਾਨ ਨਾਲ ਜਿਹੜਾ ਅੱਜ ਹੋਰ ਝੰਡਾ ਚੱਕੂਗਾ ਹਰਾ ਝੰਡਾ ਛੱਡ ਕੇ ਜਿਹੜਾ ਅੱਜ ਹੋਰ ਝੰਡਾ ਚੱਕੂਗਾ ਹਰਾ ਝੰਡਾ ਛੱਡ ਕੇ ਮੈਂ ਤਾਂ ਕਹਿੰਦਾ ਘਰੀਸ ਲੋ ਸਾਲੇ ਨੂੰ ਘਰੋਂ ਕੱਢ ਕੇ ਮੈਂ ਤਾਂ ਕਹਿੰਦਾ ਘਰੀਸ ਲੋ ਬਾਹਰੋਂ 12 ਸਾਲੇ ਨੂੰ ਘਰੋਂ ਕੱਢ ਕੇ ਅੱਜ ਮੰਦੇ ਬੋਲ ਬੋਲਣੇ ਪੈਗੇ ਜਵਾਨ ਨਾਲ ਭੱਦੇ ਬੋਲ ਬੋਲਣੇ ਪੈਗੇ ਅੱਜ ਆਪਣੀ ਜਵਾਨ ਨਾਲ ਕਿਸੇ ਹੋਰ ਦਾ ਹੋਊਗਾ ਸਕੇ ਪਿਓ ਦਾ ਨਹੀਂ ਹੋਊਗਾ ਬੇੜਾ ਹੋਊਗਾ ਹਰਾਮ ਦਾ ਹੋਊਗਾ ਜਿਹੜਾ ਅੱਜ ਖੜੂ ਨਹੀਂ ਕਿਸਾਨ ਨਾਲ ਭਾਵੇਂ ਉਹ ਕੈਪਟਨ ਨਾਲ ਹੈ ਬਾਦਲ ਨਾਲ ਹੈ ਭਾਵੇਂ ਭਗਵੰਤ ਮਾਨ ਨਾਲ ਪਰ ਹਰਾਮ ਦਾ ਹੋਊਗਾ ਜਿਹੜਾ ਅੱਜ ਖੜੂ ਨਹੀਂ ਕਿਸਾਨ ਨਾਲ ਇਹ ਗੱਲ ਤਾਂ ਕਹਿਣੀ ਪੈਗੀ ਕਿ ਇਸ ਕਿਸਾਨ ਦੇ ਸੰਘਰਸ਼ ਦੇ ਵਿੱਚੋਂ ਬਹੁਤ ਸਾਰੇ ਲੀਡਰ ਪੈਦਾ ਹੋਣ ਨੂੰ ਫਿਰਦੇ ਨੇ ਬਹੁਤ ਸਾਰੇ 2022 ਦੀਆਂ ਤਿਆਰੀਆਂ ਕਰ ਰਹੇ ਨੇ ਆ ਸਾਡੇ ਕਲਾਕਾਰਾਂ ਲਈ ਮੈਂ ਖਾਸ ਕਰਕੇ ਕਹਿੰਨਾ ਕਿ ਤੁਹਾਨੂੰ ਕੀ ਲੋੜ ਆ ਯਾਰ ਚੌਧਰਪਣਾ ਕਰਨ ਦੀ ਕਿ ਉਹ ਫਲਾਣ ਨੇ ਦਾ ਮੂੰਹ ਉੱਧਰ ਫਲਾਣ ਨੇ ਦਾ ਮੂੰਹ ਇੱਧਰ ਚੁੱਪਚਾਪ ਜਾ ਕੇ ਦਰਿਆ ਤੇ ਬੈਠੋ ਜੋ ਜਥੇਬੰਦੀਆਂ ਕਰਦੇ ਨੇ ਉਹਨੂੰ ਕਰਨ ਦਿਓ ਤੁਸੀਂ ਦੋਕ ਦਿਨਾਂ ਦੇ ਵਿੱਚ ਆ ਕੇ ਮਲਾਈ ਲਾਉਣ ਨੂੰ ਫਿਰਨ ਲੱਗੇ ਕੱਲੇ ਕਲਾਕਾਰਾਂ ਦੀ ਗੱਲ ਨਹੀਂ ਆ ਹੋਰ ਪਾਰਟੀਆਂ ਵਾਲੇ ਤੁਹਾਡੀ ਜਮੀਰ ਮਰ ਗਈ ਯਾਰ ਜਮੀਨ ਵਾਲਿਓ ਆਪੋ ਆਪਣੀ ਪਾਰਟੀ ਦੇ ਝੰਡੇ ਚੱਕੀ ਫਿਰਦੇ ਹੋ ਹਰੇ ਝੰਡੇ ਨਾਲ ਹੋਰ ਝੰਡਾ ਜੇ ਲੱਗ ਗਿਆ ਸਮਝੋ ਮਾਰੇ ਗਏ ਮੈਂ ਪਹਿਲਾਂ ਕਿਹਾ ਸੀਗਾ ਹਰੇ ਝੰਡੇ ਨਾਲ ਹੋਰ ਝੰਡਾ ਜੇ ਲੱਗ ਗਿਆ ਸਮਝੋ ਮਾਰੇ ਗਏ ਠੀਕ ਹੈ ਇਹ ਉਹੀ ਲੀਡਰ ਨੇ ਜਿਨ੍ਹਾਂ ਦੇ ਹੱਥੋਂ ਸੀ ਪਹਿਲਾਂ ਕਈ ਵਾਰੀ ਚਾਰੇ ਗਏ ਭਰਾ ਵਣ ਕੇ ਸਾਰੀਆਂ ਗੱਲਾਂ ਬਾਤਾਂ ਛੱਡ ਕੇ ਸਿਰਫ ਤੇ ਸਿਰਫ ਹਰੇ ਝੰਡੇ ਥੱਲੇ ਆ ਜਾਓ ਠੀਕ ਹੈ ਸਕੇ ਪਿਓ ਦਾ ਨਹੀਂ ਹੋਊਗਾ ਜਿਹੜਾ ਅੱਜ ਖੜੂ ਨਹੀਂ ਕਿਸਾਨ ਨਾਲ ਭਾਵੇਂ ਤੁਸੀਂ ਕੈਪਟਨ ਨਾ ਖੜਿਓ ਬਾਦਲ ਨਾ ਖੜਿਓ ਭਾਵੇਂ ਭਗਵੰਤ ਮਾਨ ਨਾਲ ਤੁਸੀਂ 2022 ਦੇ ਵਿੱਚ ਕਰ ਲਿਓ ਯਾਰ ਜੀ ਦੀ ਮਰਜ਼ੀ ਝੰਡੇ ਚੱਕੀ ਫਿਰਿਓ ਅੱਜ ਕਿਸਾਨ ਦੇ ਨਾਲ ਖੜੋ ਅੱਜ ਅੰਨਦਾਤੇ ਨੂੰ ਬਚਾ ਲਓ ਜੇ ਅੰਨ ਬਚੂਗਾ ਤਾਂ ਆਪਾਂ ਸਾਰੇ ਬਚਾਂਗੇ ਜੇ ਮੂੰਹ ਚ ਕੁਝ ਜਾਊਗਾ ਫੇਰੀ ਬੋਲਾਂਗੇ ਫੇਰੀ ਗਾਵਾਂਗੇ ਫੇਰੀ ਮੰਤਰੀ ਬਣਾਂਗੇ ਅੱਜ ਖੜੋ ਕਿਸਾਨ ਦੇ ਨਾਲ ਦਿਰ ਫੱਟੇ ਮੂੰਹ ਜੀ ਅੱਜ ਵੀ ਹੋਰ ਝੰਡੀਆਂ ਚੱਕਿਆ ਨੇ ਤੁਸੀਂ